ਸਿੰਗapore ਦੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੇ ਗੱਡੇ ਝੰਡੇ ਜਿੱਤ ਲਈ ਰਾਸ਼ਟਰਪਤੀ ਚੋਣ ਜੀ ਹਾਂ ਰਾਸ਼ਟਰਪਤੀ ਦਾ ਅਹੁਦਾ ਕੋਈ ਛੋਟਾ ਮੋਟਾ ਅਹੁਦਾ ਨਹੀਂ ਹੁੰਦਾ ਪਰ ਕਹਿੰਦੇ ਨੇ ਕਿ ਭਾਰਤੀ ਜਿੱਥੇ ਵੀ ਚਲੇ ਜਾਣ ਆਪਣਾ ਨਾਮ ਜ਼ਰੂਰ ਬਣਾ ਕੇ ਆਉਂਦੇ ਨੇ ਅਜਿਹਾ ਹੀ ਸਿੰਗਾਪੁਰ ਦੇ ਵਿੱਚ ਦਿਖਾਈ ਦਿੱਤਾ ਆਖਰ ਕਿਸ ਤਰੀਕੇ ਦੇ ਨਾਲ ਭਾਰਤੀ ਮੂਲ ਦੇ ਵਿਅਕਤੀ ਨੇ ਰਾਸ਼ਟਰਪਤੀ ਚੋਣ ਜਿੱਤੀ ਹੈ ਪੂਰੀ ਜਾਣਕਾਰੀ ਦੇਾਂਗੇ ਅੱਜ ਦੇ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਜੇਕਰ ਤੁਸੀਂ ਵੀ ਇੱਕ ਭਾਰਤੀ ਹੋ ਤਾਂ ਇੱਕ ਵਾਰ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਜਾਣਾ ਤਾਂ ਜੋ ਭਾਰਤੀਆਂ ਦਾ ਮਾਨ ਹੋਰ ਵੀ ਦੁੱਗਣਾ ਹੋ ਸਕੇ ਦੱਸਦੀ ਹੈ ਕਿ ਇਹੇ ਦੇਖਿਆ ਜਾਂਦਾ ਹੈ ਕਿ ਭਾਰਤ ਦੇ ਲੋਕ ਸਿਰਫ ਭਾਰਤ ਦੇ ਵਿੱਚ ਨਹੀਂ ਸਗੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਪਾਏ ਜਾਂਦੇ ਨੇ ਜਿਵੇਂ ਕਿ ਲੋਕਾਂ ਦੇ ਵਿੱਚ ਅੱਜ ਕੱਲ੍ਹ ਵੀ ਕ੍ਰੇਜ਼ ਹੈ ਕਿ ਅਸੀਂ ਬਾਹਰਲੇ ਮੁਲਕ ਚ ਜਾ ਕੇ ਨਾਮ ਰੌਸ਼ਨ ਕਰਨਾ ਹੈ ਸੋ ਪਹਿਲਾਂ ਵੀ ਅਜਿਹਾ ਹੀ ਹੁੰਦਾ ਸੀ ਪਰ ਪਹਿਲਾਂ ਬਹੁਤ ਘੱਟ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਸੀ ਪਰ ਅੱਜ ਕੱਲ੍ਹ ਲੋਕਾਂ ਦੇ ਵੱਲੋਂ ਇਹ ਟ੍ਰੈਂਡ ਹੀ ਬਣਾ ਲਿਆ ਗਿਆ ਹੈ ਪਰ ਜੇਕਰ ਦੇਖਿਆ ਜਾਏ ਤਾਂ ਭਾਰਤੀ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਜ਼ਰੂਰ ਨੇ ਪਰ ਉੱਥੇ ਜਾ ਕੇ ਕੋਈ ਨਾ ਕੋਈ ਅਜਿਹਾ ਕੰਮ ਜ਼ਰੂਰ ਕਰਦੇ ਨੇ ਜਿਸ ਕਰਕੇ ਭਾਰਤ ਦਾ ਨਾਮ ਰੌਸ਼ਨ ਹੋ ਸਕੇ ਅਕਸਰ ਹੀ ਅਜਿਹੀਆਂ ਕਾਫੀ ਖਬਰਾਂ ਸਾਡੇ ਸਾਹਮਣੇ ਆਉਂਦੇ ਜਿਸ ਦੇ ਵਿੱਚ ਅਸੀਂ ਦੇਖਦੇ ਆ ਕਿ ਭਾਰਤੀ ਨੌਜਵਾਨ ਮੁੰਡੇ ਕੁੜੀਆਂ ਨੇ ਕਿਸ ਤਰੀਕੇ ਦੇ ਨਾਲ ਭਾਰਤ ਦਾ ਨਾਮ ਰੌਸ਼ਨ ਕੀਤਾ ਜੇਕਰ ਬਿੱਤੇ ਦਿਨਾਂ ਦੀ ਗੱਲ ਕਰੀਏ ਬਿੱਤੇ ਦਿਨਾਂ ਦੇ ਵਿੱਚ ਅਮਰੀਕਾ ਕੈਨੇਡਾ ਤੋਂ ਪੰਜਾਬੀ ਮੂਲ ਦੇ ਮੁੰਡੇ ਕੁੜੀਆਂ ਨੇ ਜਿਹੜਾ ਪੁਲਿਸ ਦੇ ਵਿੱਚ ਭਰਤੀ ਲਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਜੁਆਇਨਿੰਗ ਕੀਤੀ ਤੇ ਪੰਜਾਬੀਆਂ ਦਾ ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਇੱਥੇ ਦੱਸ ਦਈਏ ਕਿ ਹੁਣ ਅਮਰੀਕਾ ਦੇ ਵਿੱਚ ਵੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਦਾ ਰੁਤਬਾ ਬਹੁਤ ਉੱਚਾ ਦੱਸਿਆ ਜਾ ਰਿਹਾ ਹੈ ਹੁਣ ਸਿੰਗਾਪੁਰ ਦੀ ਗੱਲ ਕਰੀਏ ਜੇਕਰ ਸਿੰਗਾਪੁਰ ਦੇ ਵਿੱਚ ਰਾਸ਼ਟਰਪਤੀ ਚੋਣ ਜਿੱਤ ਕੇ ਭਾਰਤੀ ਮੂਲ ਦੇ ਇਸ ਵਿਅਕਤੀ ਨੇ ਨਾਮ ਰੌਸ਼ਨ ਕਰ ਦਿੱਤਾ ਤਾਂ ਕੌਣ ਹੈ ਉਹ ਵਿਅਕਤੀ ਆਓ ਦੱਸਦੇ ਹਾਂ ਦੱਸਦੀ ਹੈ ਕਿ ਭਾਰਤੀ ਮੂਲ ਦੇ ਥਰਮਨ ਨੇ ਜੋ ਹੈ ਰਾਸ਼ਟਰਪਤੀ ਚੋਣ ਜੋ ਕਿ ਸਿੰਗਾਪੁਰ ਦੇ ਵਿੱਚ ਹੋਈ ਉਹ ਜਿੱਤ ਲਈ ਹੈ ਦੱਸ ਦਈਏ ਕਿ ਸਿੰਗਾਪੁਰ ਦੇ ਵਿੱਚ ਜਨਮੇ ਭਾਰਤੀ ਮੂਲ ਦੇ ਜਿਹੜੇ ਨੇ ਇਹਨਾਂ ਦੀ ਉਮਰ ਦੇ ਜੇਕਰ ਗੱਲ ਕਰੀਏ ਤਾਂ 66 ਸਾਲਾਂ ਇਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਪੂਰਾ ਨਾਮ ਥਰਮਨ ਸ਼ਨਮੁਗਰਤਨ ਨੇ ਅੱਜ ਤੜਕੇ ਦੱਸਦੇ ਕਿ 70.4 ਫੀਸਦੀ ਵੋਟਾਂ ਹਾਸਲ ਕਰਕੇ ਵੱਡੇ ਫਰਕ ਦੇ ਨਾਲ ਰਾਸ਼ਟਰਪਤੀ ਚੋਣ ਜਿੱਤ ਲਈ ਹੈ ਸਾਲ 2011 ਤੋਂ ਬਾਅਦ ਇਹ ਮੁਲਕ ਦੀਆਂ ਪਹਿਲੀਆਂ ਰਾਸ਼ਟਰਪਤੀ ਚੋਣਾਂ ਸਨ ਚੋਣਾਂ ਦੇ ਅਧਿਕਾਰਤ ਨਤੀਜੇ ਐਲਾਨੇ ਜਾਣ ਮਗਰੋਂ ਥਰਮਨ ਨੇ ਕਿਹਾ ਕਿ ਉਹ ਇੰਨੀ ਵੱਡੀ ਪੱਦਰ ਤੇ ਮਿਲੀ ਹਮਾਇਤ ਤੋਂ ਹੈਰਾਨ ਹਨ ਅਤੇ ਉਹ ਲੋਕਾਂ ਦੇ ਵੱਲੋਂ ਜਿੱਤੇ ਗਏ ਫਤਵੇ ਨੂੰ ਪੂਰਾ ਕਰਨ ਦੇ ਲਈ ਗੰਭੀਰ ਹਨ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਜਿੱਥੇ ਵੀ ਚਲੇ ਜਾਣ ਉਥੇ ਇੱਕ ਵਾਰ ਤਾਂ ਅਜਿਹਾ ਕੰਮ ਜ਼ਰੂਰ ਕਰ ਦਿੰਨੇ ਕਿ ਜਿਸ ਦੇ ਨਾਲ ਨਾਮ ਰੌਸ਼ਨ ਹੋ ਜਾਏ ਸੋ ਹੁਣ ਸਿੰਗਾਪੁਰ ਦੇ ਵਿੱਚ ਭਾਰਤੀ ਮੂਲ ਦੇ ਧਰਮਨ ਜੁਨੇ ਉਹਨਾਂ ਨੇ ਨਾਮ ਰੌਸ਼ਨ ਕੀਤਾ ਰਾਸ਼ਟਰਪਤੀ ਚੋਣ ਜਿੱਤ ਕੇ ਰਾਸ਼ਟਰਪਤੀ ਅਹੁਦਾ ਕੋਈ ਛੋਟਾ ਮੋਟਾ ਅਹੁਦਾ ਨਹੀਂ ਹੁੰਦਾ ਤੇ ਬਗਾਨੇ ਮੁਲਕ ਦੇ ਵਿੱਚ ਅਜਿਹਾ ਅਹੁਦਾ ਘਟਨਾ ਇਹ ਤਾਂ ਬਹੁਤ ਹੀ ਜ਼ਿਆਦਾ ਮਾਣ ਵਾਲੀ ਗੱਲ ਹੈ ਇੱਕ ਵਾਰ ਤੁਸੀਂ ਵੀ ਜ਼ਰੂਰ ਦੱਸੋ ਕਿ ਇਸ ਖਬਰ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ